ਅਮਰਗੜ੍ਹ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ MLA ਕਿਰਨ ਮਾਜਰਾ, ਜਿਨ੍ਹਾਂ ਨੂੰ ਕਿ ED ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਤੋਂ ਬਾਅਦ SC ਦੇ ਵੱਲੋਂ ਵੀ ED ਨੂੰ 15 ਅਕਤੂਬਰ ਤੱਕ ਜਵਾਬ ਤਲਬ ਕਰਨ ਦੇ ਲਈ ਨੋਟਿਸ ਭੇਜ ਦਿੱਤਾ ਗਿਆ ਹੈ। ਕਾਬਿਲੇ ਗੌਰ ਹੈ ਕਿ ਪੂਰੀ ਗ੍ਰਿਫਤਾਰੀ ਦਾ ਮਾਮਲਾ 41 ਕਰੋੜ ਰੁਪਏ ਦੀ ਬੈਂਕ ਦੇ ਨਾਲ ਧੋਖਾਧੜੀ ਦਾ ਸਾਹਮਣੇ ਆਉਂਦਾ ਪਿਆ ਹੈ। ਇਹ ਮਾਮਲਾ ਉਸ ਵੇਲੇ ਸੁਰਖੀਆਂ ਦੇ ਵਿੱਚ ਆਉਂਦਾ ਹੈ ਜਦੋਂ ਵਿਧਾਇਕ ਦੇ ਘਰ ED ਦੇ ਵੱਲੋਂ ਪੁੱਛਗਿੱਛ ਲਈ ਰੇਡ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ED ਦੇ ਵੱਲੋਂ ਇਹ ਆਖਿਆ ਗਿਆ, ਜਾਂ ਇੰਝ ਆਖ ਲਵੋ ਕਿ ਖਬਰਾਂ ਸਾਹਮਣੇ ਆਈਆਂ ਕਿ ਵਿਧਾਇਕ ਸਾਹਿਬ ਦੇ ਵੱਲੋਂ ED ਦੇ ਨਾਲ ਜੋ ਸਵਾਲ ਜਵਾਬ ਕੀਤੇ ਜਾਂਦੇ ਸਨ, ਸਹੀ ਤਰ੍ਹਾਂ ਉਸ 'ਤੇ ਜਵਾਬ ਨਹੀਂ ਦਿੱਤੇ ਗਏ, ਜਿਸ ਤੋਂ ਬਾਅਦ ED ਦੇ ਵੱਲੋਂ ਗ੍ਰਿਫਤਾਰੀ ਕਰ ਲਈ ਗਈ ਸੀ। ਇਸ ਤੋਂ ਬਾਅਦ ਵਿਧਾਇਕ ਸਾਹਿਬ ਹੋਰਾਂ ਦੇ ਵੱਲੋਂ ਮੋਹਾਲੀ ਦੇ ਵਿੱਚ ਇੱਕ ਜ਼ਮਾਨਤ ਨੂੰ ਲੈ ਕੇ ਅਰਜ਼ੀ ਵੀ ਪਾਈ ਗਈ ਸੀ, ਜਿਹੜੀ ਕਿ ਖਾਰਜ ਕਰ ਦਿੱਤੀ ਗਈ ਹੈ। ਇਹ ਪੂਰਾ ਮਾਮਲਾ ਉਹਨਾਂ ਦੀ, ਵਿਧਾਇਕ ਕਿਰਨ ਮਾਜਰਾ ਦੀ, ਜਿਹੜੀ ਇੱਕ ਪ੍ਰਾਈਵੇਟ ਲਿਮਿਟਡ ਫੈਕਟਰੀ ਤਾਰਾ ਕਾਰਪੋਰੇਸ਼ਨ ਲਿਮਿਟਡ ਫੈਕਟਰੀ ਹੈ, ਉਸ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਵਿੱਚ ਬੈਂਕ ਦੇ ਨਾਲ ਘਪਲੇ ਨੂੰ ਲੈ ਕੇ 41 ਕਰੋੜ ਰੁਪਏ ਦਾ ਇਲਜ਼ਾਮ ਹੈ, ਜਿਸ ਤੋਂ ਬਾਅਦ ED ਦੇ ਵੱਲੋਂ ਨੋਟਿਸ ਲੈਂਦਿਆਂ ਹੋਇਆਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਅਤੇ ਜਦੋਂ ਘਰ ਦੇ ਵਿੱਚ ਰੇਡ ਕੀਤੀ ਗਈ ਜਾਂ ਜਦੋਂ ਪੁੱਛਗਿੱਛ ਦੇ ਲਈ ਕਿਰਨ ਮਾਜਰਾ ਦੇ ਨਾਲ ਸਵਾਲ ਜਵਾਬ ਕੀਤੇ, ਤਾਂ ਮੰਨਿਆ ਗਿਆ ਹੈ ਕਿ ਉਹਨਾਂ ਦੇ ਵੱਲੋਂ ਸਹੀ ਤਰ੍ਹਾਂ ਜਵਾਬ ਨਹੀਂ ਦਿੱਤੇ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਿ ਵਿਧਾਇਕ ਕਿਰਨ ਮਾਜਰਾ ਉਸ ਵੇਲੇ ਸੁਰਖੀਆਂ ਦੇ ਵਿੱਚ ਆਉਂਦੇ ਆ ਜਦੋਂ ਉਹਨਾਂ ਦੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ ਮਹਿਜ਼ 1 ਰੁਪਈਆ ਲੈਣ ਦੀ ਗੱਲ ਕੀਤੀ ਹੈ। ਉਹਨਾਂ ਨੇ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ ਜਾਂ ਵਿੱਤ ਮੰਤਰਾਲਾ ਇੰਜ ਆਖ ਲਵੋ ਕਿ ਵਿੱਤੀ ਸਮੱਸਿਆ ਦੇ ਨਾਲ ਜੂਝਦਾ ਪਿਆ ਹੈ। ਪੁਰਾਣੀ ਸਰਕਾਰਾਂ ਦੇ ਵੱਲੋਂ ਉਹਨਾਂ ਨੂੰ ਸਿਰਫ ਲੋਨ ਜਿਹੜਾ ਆ, ਕਰਜ਼ਾ ਆ, ਉਹੀ ਰਵਾਇਤ ਵਜੋਂ ਦਿੱਤਾ ਗਿਆ ਹੈ। ਅਜਿਹੇ ਦੇ ਵਿੱਚ ਸੁਰਖੀਆਂ ਦੇ ਵਿੱਚ ਭਾਵੇਂ ਕਿ ਉਹ ਆ ਗਏ ਸਨ, ਪਰ ਉਸ ਤੋਂ ਬਾਅਦ ਉਹਨਾਂ ਦੇ ਸਿਰ 'ਤੇ ਜਿਹੜਾ ਲੱਗਿਆ 41 ਕਰੋੜ ਰੁਪਏ ਦਾ ਇਲਜ਼ਾਮ ਹੈ, ਉਸ ਤੋਂ ਬਾਅਦ ਹੁਣ 15 ਅਕਤੂਬਰ ਨੂੰ ਇਸ ਮਾਮਲੇ ਦੇ ਵਿੱਚ ED ਦੇ ਵੱਲੋਂ ਕੀ ਜਵਾਬ ਤਲਬੀ ਕੀਤੀ ਜਾਵੇ, ਕੀ ਜਵਾਬ ਦਿੱਤਾ ਜਾਵੇਗਾ। ਜੇਕਰ ਵਿਧਾਇਕ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਗਿਆ ਸੀ। ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਅਤੇ ਉਸ ਲਹਿਰ ਦੇ ਵਿੱਚ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੀਟਾਂ ਜਿੱਤੀਆਂ ਗਈਆਂ। ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਸ ਤਰ੍ਹਾਂ ਦਾ 3 ਸੀਟਾਂ 'ਤੇ ਸਬਰ ਸੰਤੋਖ ਕਰਨਾ ਪਿਆ, ਆਉਣ ਵਾਲੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ, ਹਰਿਆਣਾ ਦੀਆਂ ਚੋਣਾਂ ਸਿਰ 'ਤੇ ਨੇ, ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਆ ਗਈਆਂ ਅਤੇ ਨਾਲ ਦੀ ਨਾਲ ਜ਼ਿਮਨੀ ਚੋਣਾਂ ਨੇ। ਅਜਿਹੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕ ਕਿੰਨਾ ਕੁ ਸਮਰਥਨ ਦੇਣਗੇ, ਅਤੇ ਵਿਧਾਇਕ ਕਿਰਨ ਮਾਜਰਾ ਸਾਹਿਬ ਦੇ ਮਾਮਲੇ ਦੇ ਵਿੱਚ ਕੀ ਜ਼ਮਾਨਤ ਮਿਲੇਗੀ, ਇਸ 'ਤੇ ਸਾਡੀ ਨਜ਼ਰ ਬਣੀ ਰਹੇਗੀ।